हाँ जी, सत श्री अकाल सारे भरावां नूं, की हाल है? कैम है जी। अज पिंड पहुँचे सी मिड्डू मान, तां फरीदकोट दा पिंड है जी, जिला फरीदकोट पै जांदा इहनां नूं, तां बलदेव सरपंच दे घरे जी। बलदेव सरपंच नूं बाकी तुसीं तकरीबन सारे जिहड़े ब्रीडर अपने भरा मेलियां ते जांदे रहिंदे आ उह सारे जाणदे होवोंगे। आए सीगे नाल तां कुछ भाई जगजीत नगल वी आया सी वीडियो शूट करन वास्ते। तां कुछ जिहड़ियां गल्लां बातां सीगियां संस्था दीआं सीगियां, जिहड़ियां आउण वाले समें दे विच वी सब तों वड्डी जिहड़ी मीटिंग होणी आ इधरों अपणी ਮੁਕਤਸਰ ਅਤੇ ਫਰੀਦਕੋਟ ਦੀ ਇਕੱਠੀ ਮੀਟਿੰਗ, ਤਾਂ ਤੁਸੀਂ ਦੇਖ ਸਕਦੇ ਹਾਂ ਗੱਲਾਂ ਬਾਤਾਂ ਵੀ ਇਸੇ ਵਿਸ਼ੇ 'ਤੇ ਹੋਈਆਂ। ਤਾਂ ਸਾਰੇ ਭਰਾ ਅੱਜ ਇਕੱਠੇ ਹੋ ਪਏ ਸੀ, ਬੜਿੰਗ ਸਾਹਿਬ ਬੈਠੇ ਆ, ਇੱਧਰ ਸਰਪੰਚ ਸਾਹਿਬ ਬੈਠੇ ਆ ਜੀ, ਬਲਦੇਵ ਬਾਈ, ਬੜਿੰਗ ਸਾਹਿਬ ਆ ਗਏ, ਬਾਈ ਜਗਦੀਤ ਹੋ ਗਿਆ, ਅਤੇ ਆ ਸਾਰੇ ਵੀਰ ਆਪਣੇ। ਤਾਂ ਇੱਥੋਂ ਪਿੰਡ ਤੋਂ ਆ ਜਾਂ ਨੇੜੇ ਨੇੜੇ ਪਿੰਡਾਂ ਤੋਂ, ਦੂਰੋਂ ਵੀ ਪਿੰਡ ਤੋਂ ਆਏ ਆ, ਤਾਂ ਸਾਰੇ ਵੀਰ ਅੱਡੋ ਅੱਡ ਪਹੁੰਚੇ ਆ ਇੱਥੇ ਸਾਰੇ। ਮਤਲਬ ਹੁਣ ਇਹੀ ਰਹਿਰ ਆਪਾਂ ਕਰਦੇ ਸੀ ਵੀ ਆਉਣ ਜਿਹੜੀ ਸੋਮਵਾਰ ਨੂੰ ਆ, ਅਤੇ ਜਿਹੜਾ ਭਰਾ ਹੋਰ ਵੀ ਤੁਹਾਡੇ ਦੇ ਵਿੱਚ ਸੁਣਦਾ ਵੀ ਪਹੁੰਚ ਸਕਦਾ, ਵੀ ਜਿਹੜੀ ਮੀਟਿੰਗ ਆ ਉਹਦਾ ਟਾਈਮ ਅਸੀਂ ਦੱਸਾਂਗੇ, ਕਲੀਅਰ ਕਰਾਂਗੇ, ਪਰ ਦਿਨ ਸੋਮਵਾਰ ਰੱਖਿਆ ਫਰੀਦਕੋਟ ਅਤੇ ਮੁਕਤਸਰ ਦੀ ਇਕੱਠੀ ਮੀਟਿੰਗ ਹੋਊਗੀ ਜੀ। ਤਾਂ ਹੁਣ ਆ ਜਾਓ, ਨਿਗਾਹ ਮਰਵਾ ਦਈਏ, ਸਰਪੰਚ ਸਾਹਿਬ ਆਇਓ, ਬਸ ਦੋ ਕੁ ਮਿੰਟਾਂ ਤੁਹਾਨੂੰ ਜਿਹੜੀ ਚੀਜ਼ ਦੇ ਬੇਸ 'ਤੇ ਜਿਨ੍ਹਾਂ ਨੇ ਸਾਨੂੰ ਮਿਲਾਇਆ, ਅੱਜ ਅਸੀਂ ਅੱਜ ਤੁਹਾਨੂੰ ਉਹਨਾਂ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਨੇ ਸਾਨੂੰ ਮਿਲਾਇਆ, ਹੈ ਨਾ, ਵੀ ਜਿਨ੍ਹਾਂ ਦੇ ਬੇਸ 'ਤੇ ਅੱਜ ਮੀਟਿੰਗਾਂ ਵੀ ਹੁੰਦੀਆਂ, ਅੱਜ ਆਪਾਂ ਮੇਲੇ ਵੀ ਹੋਣ ਲੱਗੇ ਆਪਣੇ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਰਪੰਚ ਸਾਹਿਬ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਦੇ ਵਿੱਚ ਜੀ? 11 ਤੋਂ ਸਟਾਰਟ ਕੀਤਾ ਜੀ। ਅੱਛਾ, 2011 'ਚ ਆ ਗਏ ਸੀ? 11 ਤੋਂ, ਉਹ ਵੀ ਤੁਹਾਨੂੰ ਦੱਸ ਦਿੰਦਾ ਕਿੱਥੋਂ ਸਟਾਰਟ, ਸਾਨੂੰ ਇੰਨਾ ਪਹਿਲਾਂ ਹੈ ਨਹੀਂ ਸੀ ਸ਼ੌਂਕ ਮੇਲਿਆਂ ਮੁੱਲਿਆਂ ਦਾ। ਹਾਂਜੀ, ਸਾਡੇ ਕੋਲ ਡਾਕਟਰ ਸਾਹਿਬ ਆਏ, ਸੰਧੂ ਸਾਹਿਬ ਜਿਹੜੇ ਆਮ ਮੇਲਿਆਂ ਮੁੱਲਿਆਂ 'ਤੇ ਆ ਜਜਿੰਗ ਦਾ ਵੀ ਕੰਮ ਕਰਦੇ ਆ। ਹਾਂਜੀ, ਉਹ ਵੈਸੇ ਸਾਨੂੰ ਮਿਲਣ ਵਾਸਤੇ ਆਏ, ਜਦੋਂ ਬਾਹਰ ਨਿਕਲੇ ਤਾਂ ਸਾਡੇ ਕੋਲ ਪਸ਼ੂ ਦੇਖੇ ਉਹਨਾਂ ਨੇ। ਅੱਛਾ ਜੀ। ਸਾਨੂੰ ਪੁੱਛਣ ਲੱਗੇ, ਕਹਿੰਦੇ ਵੀ ਤੁਸੀਂ ਮੇਲਿਆਂ ਮੁੱਲਿਆਂ 'ਤੇ ਜਾਂਦੇ ਆ? ਹਾਂਜੀ। ਅਸੀਂ ਕਿਹਾ ਜੀ ਨਹੀਂ ਜੀ, ਸਾਨੂੰ ਮੇਲਿਆਂ ਮੁੱਲਿਆਂ ਦਾ ਕੋਈ ਸ਼ੌਂਕ ਨਹੀਂ, ਘਰ ਵਾਸਤੇ ਵੈਸੇ 5-7 ਪਸ਼ੂ ਰੱਖੇ ਸੀ ਘਰੇ। ਠੀਕ ਹੈ ਜੀ। ਉਹ ਸਾਨੂੰ ਕਹਿ ਕੇ ਕਹਿੰਦੇ ਯਾਰ ਜ਼ਰੂਰ ਜਾਇਆ ਕਰੋ। ਅੱਛਾ ਜੀ। ਅਤੇ ਅਸੀਂ ਕਿਹਾ ਵੀ ਠੀਕ ਆ, ਕਹਿੰਦੇ ਨਹੀਂ ਜ਼ਰੂਰ ਹੀ ਆਉਣਾ, ਉਹ ਫਰੀਦਕੋਟ ਦਾ ਜ਼ਿਲ੍ਹੇ ਦਾ ਮੇਲਾ ਜੀ। ਹਾਂਜੀ। ਉੱਥੇ ਅਸੀਂ ਮੋਹਰਾ ਦੀ ਝੋਟੀ ਲੈ ਕੇ, ਸਾਡੀ ਉੱਥੇ ਫਸਟ ਆ ਗਈ। ਹਾਂਜੀ। ਉੱਥੋਂ ਫਿਰ ਐਸੀ ਸੁਝਾਅ ਜੁੜੀ ਇਹਨਾਂ ਨਾਲ, ਪਿਆਰ ਪਿਆ ਜੀ, ਅਤੇ ਫਿਰ ਗਾਂ ਉਦੋਂ ਬਾਅਦ ਫਿਰ ਨੀਲੀ ਵੱਧਦੇ ਕਰੇ, ਵੱਧਦੇ ਗਏ, ਹੁਣ ਫਿਰ ਉਦੋਂ ਬਾਅਦ ਨੀਲੀ ਨਾ ਹੋ ਗਿਆ ਜੀ। ਅੱਛਾ, ਨੀਲੀ ਜੀ ਕਿੰਨਾ ਟਾਈਮ ਹੋ ਗਿਆ ਨੀਲੀ ਰਾ ਵਿੱਚ ਆਏ ਨੂੰ? ਨੀਲੀ 16 ਦੇ ਵਿੱਚ ਜੀ। 16 ਦੇ ਵਿੱਚ ਆਏ ਸੀ, ਅੱਜ ਤੱਕ ਸਭ ਤੋਂ ਵੱਧ ਨੀਲੀ ਦਾ ਕਿੰਨਾ ਦੁੱਧ ਜੋਖਿਆ ਕਰੇ ਤੁਸੀਂ? ਹਾਂ ਜੀ, 20 ਕਿਲੋ ਦੁੱਧ ਜੋਖਿਆ ਜੀ। 20 ਕਿਲੋ ਦੁੱਧ ਨੀਲੀ ਰਾਵੀ ਦਾ ਜੋਖਿਆ, 16 ਦੇ ਵਿੱਚ ਆ ਗਏ ਸੀ ਆਪਾਂ। 16 ਵਾਲੀ ਵੀ ਤੁਹਾਨੂੰ ਦੱਸ ਦਿੰਦੇ ਜੀ, ਉਹ ਵੀ ਸਾਡੇ ਕੋਲ ਨੀਲੀ ਦੀ, ਜਦੋਂ 16 ਦੇ ਵਿੱਚ ਮੁਕਤਸਰ ਮੇਰੇ ਖੜੀਆਂ ਕਰਦੇ ਮੱਝਾਂ ਮੂਰੇ ਮੇਲਾ ਜਿੱਤੀ ਸੀ, ਫਸਟ ਆਈ ਸੀ ਮੱਝ ਜੀ। ਹਾਂ, ਟਰੂ ਸਾਹਿਬ ਤੋਂ ਜੱਸੇ ਤੋਂ ਉਹਨੇ ਉੱਥੇ ਪਾਈ ਸੀ ਮੇਲੇ ਦੇ ਵਿੱਚ, ਉਹ ਵਪਾਰੀ ਬੰਦਾ ਸੀ ਜੀ। ਹਾਂਜੀ ਹਾਂਜੀ, ਲੈਣ ਸੀ, ਉਹਨੇ ਸਾਡੇ ਕੋਲ ਗੱਲ ਕੀਤੀ, ਕਹਿੰਦਾ ਯਾਰ ਮੈਂ ਤਾਂ ਵੀ ਵੇਚਣੀ ਹੈ, ਜੇ ਤੁਸੀਂ ਨੇ ਖਰੀਦਣੀਆਂ ਤਾਂ ਲੈ ਲਓ। ਹਾਂਜੀ। ਅਸੀਂ ਉਸ ਟਾਈਮ ਉਹਨਾਂ ਤੋਂ ਤੋਕੜ ਮੱਝ 16 ਦੇ ਵਿੱਚ, ਓਕੇ ਜੀ, 2,60,000 ਰੁਪਏ ਦੀ ਖਰੀਦੀ ਸੀ। ਹਾਂਜੀ। ਜਿਹੜੀ ਕਿ ਸਾਡੇ ਕੋਲ ਮੁੜ ਕੇ ਆ ਕੇ ਉਹਨੇ 4 ਸੂਏ 5 ਸੂਈ, ਹਾਂਜੀ, ਉਹਦੀ ਕੱਟੀ ਨੇ ਵੀ 3 ਮੇਲੇ ਜਿੱਤੇ, PDF ਹਾਂਜੀ ਬਾਈ, ਜਿਹੜਾ ਆਪਾਂ ਹੁਣ ਤੁਸੀਂ ਕਰਾਇਆ ਸਾਰਿਆਂ ਨੇ ਸਰਲ ਕੇ, ਹਾਂਜੀ, ਰਲ ਕੇ ਕਰਾਇਆ ਜਿਹੜਾ ਆਪਾਂ, ਉਹਦੇ 'ਚ ਵੀ ਹਾਂ ਉਹਦੇ 'ਚ ਵੀ ਪਹਿਲਾ ਨੰਬਰ ਲਿਆ ਜੀ। ਹਾਂਜੀ। ਬਟਾਲੇ ਵੀ ਲਿਆ, ਅਤੇ ਉਸ ਤੋਂ ਬਾਅਦ ਅਸੀਂ ਜਿਹੜੀ ਮੱਝ ਸੀ ਉਹ ਬੂਈਆਂ ਵਾਲੇ ਬਾਈ ਪਿੰਦੇ ਨੂੰ ਦੇਤੀ, ਓਕੇ ਜੀ, ਉਹਦੇ ਕੋਲੇ ਆ ਹੁਣ ਇਹਨਾਂ ਨਾਲ ਨੀਲੀ ਵਾਲੇ ਇਹਨਾਂ ਦਾ, ਹੁਣ ਵੀ ਆ ਖੜੇ ਜਿਹੜੇ 5-4 ਪਸ਼ੂ ਨੀਲੀ ਦੇ। ਅੱਛਾ ਜੀ। ਤਿਆਰ ਕੀਤੇ ਸਾਰੇ? ਅੱਛਾ ਵੀ, ਇਹ ਉਸੇ ਤੋਂ ਹੀ ਆ ਮੇਲੇ ਵਾਲੀਆਂ ਜਿਹੜੀਆਂ ਝੋਟੀਆਂ? ਇਹ ਵੀ ਉਸੇ ਦੀ, ਆ ਵੀ ਉਸੇ ਦੀ ਹੈ। ਅੱਛਾ, ਇਹ ਕਿੰਨੇ ਟਾਈਮ ਦੀ ਕੱਟੀ ਹੈ? ਇਹ ਜੀ ਹੋ ਗਈ 16 ਮਹੀਨਿਆਂ ਦੀ ਹੋ ਗਈ, 16-17 ਮਹੀਨਿਆਂ ਦੀ। ਅੱਛਾ, 16-17 ਗੱਭਣ ਕਰਵਾਤੀ ਹੈ ਆਪਾਂ? ਹਾਂ ਜੀ, ਹੁਣ ਕਰਾਤੀ ਗੱਭਣ ਜੀ। ਠੀਕ ਹੈ ਜੀ। ਬਿਰਕ ਵਾਲੇ ਜੀ, 507 ਜੀ। ਠੀਕ ਹੈ ਜੀ। ਤੇ ਉਦੋਂ ਬਾਅਦ ਸਰਪੰਚ ਸਾਹਿਬ ਇਹ ਕੱਟੀ? ਇਹ ਵੀ ਕੱਟੀ ਉਸੇ ਦੀ ਹੈ ਜੀ। ਇਹਦੀ ਭੈਣ ਆ ਗਈ ਦੂ ਛੋਟੀ? ਹਾਂ ਛੋਟੀ ਆ। ਤੇ ਹੁਣ ਮੱਝ ਵੇਚਤੀ ਜੀ? ਉਹ ਮੱਝ ਵੇਚਤੀ ਜਿਹੜੀ ਝੋਟੀ ਹੈ, ਜਿਹੜੀ ਆਪਣੇ PDF ਤੇ ਧਰੋਂਡੇ ਦੇ 3 ਮੇਲੇ ਲਗਾਤਾਰ ਜੀ ਆ, ਉਹ ਆਪਣੇ ਕੋਲੇ ਹੀ ਹੈ ਜੀ। ਅੱਛਾ, ਤੇ ਇਹ ਕਿੰਨੇ ਟਾਈਮ ਦੀ ਹੋ ਗਈ ਜੀ ਝੋਟੀ? ਇਹ ਵੀ ਬਹੁਤ ਸੋਹਣੀ ਸਰਪੰਚ ਸਾਹਿਬ ਦਾ ਜੀ। ਪਹਿਲੇ ਸੂਏ 15 ਕਿਲੋ ਦੁੱਧ ਤਿਆਰ ਆ ਜੀ ਇਹਦੇ। ਅੱਛਾ, 4 ਦੰਦ ਆ ਜੀ, ਪਹਿਲੇ ਸੂਏ 15 ਕਿਲੋ ਦੁੱਧ ਤਿਆਰ ਆ ਹੁਣ ਇਸੇ ਟਾਈਮ। ਓਕੇ ਜੀ। ਦੇਖੋ ਜੀ ਮਿੱਤਰੋ, ਇਹ ਜਿਹੀਆਂ ਚੀਜ਼ਾਂ ਪਾਲਣ ਦਾ ਥਣ ਦਾ ਜਿਹੜਾ ਗਾਇਬ ਆ, ਤੁਸੀਂ ਦੇਖੋ ਉਹ ਵੀ ਸੀਲ ਪਾਣ ਦੇਖੋ, ਹਜੇ ਗਾਲਾ ਕਰੀਏ ਤਾਂ ਮੈਨੂੰ ਦੇਖ ਕੇ ਪਾਉਂਦੇ ਉਹ ਕਰਦੇ, ਅਤੇ ਆਰਡਰ ਦੇਖੋ ਤੁਸੀਂ, ਦੇਖੋ ਇਹ ਚੀਜ਼ ਆਪਾਂ ਕਹਿੰਦੇ ਹਾਂ ਵੀ ਜਦੋਂ ਕੰਮ ਕਰਨਾ ਆਪਾਂ ਬਰੀਡ 'ਤੇ ਕਰੀਏ, ਚੰਗਾ ਕਰੀਏ, ਛੋਟੀ ਛੋਟੀ ਉਮਰ ਦੀਆਂ ਝੋਟੀਆਂ ਜਦੋਂ ਇੰਨਾ ਵਧੀਆ ਦੁੱਧ ਦੇਣੀ ਆ, ਤਾਂ ਫੇਰ ਹੀ ਜਾ ਕੇ ਆਪਾਂ ਕਾਮਯਾਬ ਹੋ ਜਾਣਾ। ਆਰਡਰ ਤੁਸੀਂ ਦੇਖ ਹੀ ਲਿੱਤਾ ਉਹ? ਅਤੇ ਅੱਛਾ, ਇਹ ਗ੍ਰੇਡਡ ਨੀਲੀ 'ਚ ਪੈ ਜਾਂਦੀ ਹੈ। ਆਹ ਦੇਖੋ ਜੀ, ਸਰਪੰਚ ਸਾਹਿਬ ਵੀ ਨੀਲੀ ਦੇ ਸੂਹ ਜਵਾਨ ਆ, ਅਤੇ ਬਹੁਤ ਕੀਤਾ, ਦੇਖੋ ਅੱਖ ਦੇ ਵਿੱਚ ਵੀ ਇਹਦੇ ਜਵਾਬ ਆ ਸਾਰਾ ਹੈ, ਪਰ ਸਰਪੰਚ ਸਾਹਿਬ ਨੇ ਫਿਰ ਵੀ ਇਹਨੂੰ ਗ੍ਰੇਡਡ ਆਖਿਆ। ਹੁਣ ਤੁਸੀਂ ਪੁੱਛੋਗੇ ਗ੍ਰੇਡਡ ਕਿਵੇਂ ਆ, ਜਿਵੇਂ ਮੈਨੂੰ ਬਾਹਰੋਂ ਜੀ, ਕੱਲ੍ਹ ਸਰਪੰਚ ਸਾਹਿਬ ਬਾਹਰੋਂ ਫੋਨ ਆਇਆ ਅਮੈਰੀਕਾ ਤੋਂ ਮੇਰੇ ਮਿੱਤਰ ਦਾ, ਮੈਨੂੰ ਕਹਿੰਦਾ ਯਾਰ ਮੈਂ ਕਨਫਿਊਜ਼ ਹੋ ਗਿਆ, ਕਹਿੰਦਾ ਤੇਰੀ ਵੀਡੀਓ ਦੇਖ ਕੇ ਮੋਹਰਾ ਵੀ ਮੈਂ ਜਾਣਦਾ, ਨੀਲੀ ਰਾਵੀ ਵੀ ਜਾਣਦਾ, ਪਰ ਗ੍ਰੇਡਡ ਕਿਹੜੀ ਨਸਲ ਆ ਗਈ? ਉਹਨੂੰ ਫਿਰ ਮੈਂ ਸਮਝਾਇਆ, ਅਦੇ ਇਹ ਗ੍ਰੇਡਡ ਆਏ ਆ। ਸਰਪੰਚ ਸਾਹਿਬ ਨੇ ਆਖਿਆ ਵੀ ਮੂਹਰਲੇ ਪੈਰਾਂ ਦੇ ਉੱਤੇ ਜਿਹੜਾ ਕੰਮ ਹੈ ਤਾਂ ਨਿਸ਼ਾਨ ਹੈ ਨਹੀਂ, ਅਤੇ ਜਿਹੜੀਆਂ ਅੱਖਾਂ ਦੇ ਵਿੱਚ ਥੋੜ੍ਹੇ ਚੰਦ ਹੈ, ਅੱਖਾਂ ਦੇ ਕੱਲੋਂ ਜਵਾਬ ਫੁੱਲ ਹੈ ਮਗਰਲੇ ਪੈਰਾਂ 'ਤੇ ਵੀ, ਪਰ ਆਮ ਆਪਾਂ ਨੀਲੀ ਰਾਵੀ ਕਹਿੰਦੇ ਇਹਨੂੰ, ਜਿਹੜੀ ਚਵਾਈ ਹੈ, ਚਵਾਈ ਇਹ ਨਹੀਂ ਨੀਲੀ ਰਾਵੀ 'ਚ ਹੋਣੀ ਆ, ਪਿਓਰ ਦੇ ਵਿੱਚ ਜੇ ਦੋ ਪੈਰ ਘੱਟ
ਇਹਦੀ 18 ਕਿਲੋ ਦੀ ਚਵਾਈ ਹੋਈ ਆ ਹੁਣ ਸੂਣ ਵਾਲੀ ਹੈ ਦੁਬਾਰੇ ਹੁਣ ਸੂਣ 7 ਮਹੀਨੇ ਦੀ ਗਾਭਾ 10 ਕਿਲੋ ਦੁੱਧ ਤਿਆਰ ਹੈ ਅੱਛਾ ਜੀ ਕਿਹੜੇ ਤੋਂ ਗਾਭਾ ਜੀ ਇਹ 113 ਤੋਂ ਠੀਕ ਹੈ ਜੀ ਤੇ ਆਹ ਕੱਟੀ ਆਈ ਹੈ ਜੀ ਹੁਣ ਇਹਦੀ ਇਹ ਕੱਟੀ ਹਾਂ ਜੀ ਆਪਣਾ ਇਹ ਆਪਣੇ ਵਾਲੇ ਉਹੀ ਬਿਰਕ 507 ਦੀ ਦੇਖੋ ਜੀ ਬਹੁਤ ਪਿਆਰੀ ਕੱਟੀ ਹੈ ਕਹਿੰਦੇ ਠਾਉਣਾ ਲੈਣ ਦੇ ਨਜ਼ਾਰੇ ਨਾਲ ਸਾਰੇ ਮਾਰ ਕੇ ਪ੍ਰੋਪਰ ਹੈ ਜੀ ਮੂਹਰਲੇ ਪੈਰਾਂ 'ਤੇ ਵੀ ਮਗਰਲਿਆਂ 'ਤੇ ਵੀ ਅਤੇ ਉਦੋਂ ਬਾਅਦ ਆ ਗਿਆ ਇਹ ਕੱਟਾ ਆ ਗਿਆ ਜੀ ਇਸੇ ਗ੍ਰੇਡਰ ਦਾ ਜੀ ਅੱਛਾ ਇਸੇ ਮੱਝ ਦਾ ਆ ਗਿਆ ਹਾਂ ਜੀ ਮਾੜੇ ਠਾਇਓ ਜੀ ਠਾਇਓ ਮਾੜਾ ਜਿਹਾ ਦੇਖ ਸਕਦੇ ਹਾਂ ਜੀ ਕੱਟਾ ਬਹੁਤ ਪਿਆਰਾ ਬਣੂੰਗਾ ਅਤੇ ਹਜੇ ਇਹ ਕਿੰਨੇ ਟਾਈਮ ਦਾ ਹੋ ਗਿਆ ਜੀ 9 ਮਹੀਨਿਆਂ ਦਾ ਜੀ ਇਹ 9 ਮਹੀਨਿਆਂ ਦਾ ਹੋ ਗਿਆ ਓਕੇ ਜੀ ਖੜ ਜਾ ਪੁੱਤ ਮੈਂ ਤਾਂ ਤੈਨੂੰ ਦਿਖਾਉਣ ਜਾਂਦਾ ਤੂੰ ਘੁੰਮੀ ਜਾਂਦਾ ਨਾਲ ਨਾਲ ਦੇਖ ਸਕਦੇ ਹਾਂ ਜੀ ਬਹੁਤ ਪਿਆਰਾ ਇਹ ਵੀ ਕੱਟਾ ਅਤੇ ਸਰਪੰਚ ਸਾਹਿਬ ਇੱਕ ਆ ਵੱਡਾ ਬੋਲਾ ਜੀ ਇਹ ਵੀ ਉਦੋਂ ਮੇਲਾ ਦਿੱਤਾ ਸੀ ਉਹ ਹੈ ਹਾਂਜੀ ਹਾਂਜੀ ਇਹ ਕਿੰਨੇ ਟਾਈਮ ਦਾ ਹੋ ਗਿਆ ਜੀ ਹੁਣ ਇਹ 5 ਸਾਲ ਦਾ ਹੋ ਗਿਆ ਜੀ ਅੱਛਾ ਜੀ ਇਹ 5 ਸਾਲ ਦਾ ਹੋ ਗਿਆ ਜੀ ਅਤੇ ਇਹਦੀ ਮਾਂ ਦਾ ਦੁੱਧ ਕਿੰਨਾ ਸੀਗਾ ਜੀ ਇਹਦਾ ਵੀ ਮੇਲੇ 'ਤੇ ਰਿਕਾਰਡ ਹੈ 23 ਕਿਲੋ ਜੀ ਅੱਛਾ ਜੀ ਮੇਲੇ 'ਤੇ ਰਿਕਾਰਡ ਹੈ 23 ਕਿਲੋ ਦਾ ਇਹਦੀ ਮਾਂ ਦਾ ਹਾਂਜੀ ਅਤੇ ਪਿਓ ਕਿਹੜਾ ਸੀਗਾ ਜੀ ਇਹਦਾ ਯੁਵਰਾਜ ਜੀ ਸੋਹਣਾ ਬਹੁਤ ਆ ਜੀ ਹੈ ਨਾ ਬਹੁਤ ਸੋਹਣਾ ਤਿਆਰ ਹੋਇਆ ਵਾ ਅਤੇ ਸਰਪੰਚ ਸਾਹਿਬ ਜਿਵੇਂ ਬਾਈ ਜਗਜੀਤ ਵੀ ਕਰੀ ਜਾਂਦਾ ਤੁਸੀਂ ਵੀਡੀਓ ਦੇ ਵਿੱਚ ਸੀਗੇ ਵੀ ਜੇ ਕੋਈ ਸੌਂਕੀ ਬੰਦਾ ਹੁੰਦਾ ਤਾਂ ਜੇ ਕੋਈ ਚੰਗਾ ਹੈਗਾ ਤਾਂ ਆਪਾਂ ਦੇ ਵੀ ਦੇਵਾਂਗੇ ਬਿਲਕੁਲ ਜੀ ਇੰਨਾ ਠੰਡਾ ਸੇਲ ਦਾ ਹੈ ਨਹੀਂ ਸੀ ਵਿਚਾਰ ਹਾਂਜੀ ਸਾਡੇ ਇੱਕ ਮਾਲੀ ਪਿੰਡ ਦਾ ਸਾਂਝਾ ਛੱਡਿਆ ਹੋਇਆ ਹਾਂਜੀ ਉਹ ਇੱਕ ਦੋ ਵਾਰੀ ਹੁਣ ਆਇਆ ਬਾਰਬੂ ਨੂੰ ਮਾਰ ਗਿਆ ਮਤਲਬ ਕੰਦਾ ਕੁੰਦਲੋਂ ਟੱਕਰਾ ਮਾਰ ਕੇ ਚੱਲ ਗਿਆ ਸੀ ਅਗਰ ਉਹ ਮੁੜ ਕੇ ਕਿਤੇ ਨੁਕਸਾਨ ਨਾ ਹੋ ਜੀ ਹਾਂ ਬਿਲਕੁਲ ਜੀ ਬਿਲਕੁਲ ਪੱਕਾ ਵਿਚਾਰ ਹੈ ਨਹੀਂ ਜੇ ਕੋਈ ਸਾਡਾ ਮਾਰ ਗਿਆ ਵੀ ਇਸੇ ਹਾਂ ਵੀ ਪੱਕਾ ਵਿਚਾਰ ਨਹੀਂ ਕਈ ਵਾਰੀ ਸਰਪੰਚ ਕਹਿੰਦਾ ਵੀ ਵਿਚਾਰ ਬਣ ਜਾਂਦਾ ਕਈ ਵਾਰੀ ਕੋਈ ਚਾਹ ਬਾਣ ਹੁੰਦਾ ਭਰਾ ਤੇ ਬਾਕੀ ਸਰਪੰਚ ਦੇ ਜਿਹੜੇ ਬੱਚੇ ਆ ਦੋਨੇ ਬਾਹਰ ਆ ਮੁੰਡ ਲੜਕੇ ਤੇ ਫਿਰ ਸਰਪੰਚ ਸਾਹਿਬ ਆਏ ਆ ਵੀ ਜ਼ਿਆਦੇ ਪਸ਼ੂ ਵੀ ਨਹੀਂ ਰੱਖ ਸਕਦਾ ਹਨਾ ਤਾਂ ਹੁਣ ਆ ਜਾਓ ਤੁਹਾਨੂੰ ਨੀਲੀ ਦਾ ਵੀ ਆਪਾਂ ਕਰੇਜ ਹੈ ਕਿਉਂਕਿ ਨੀਲੀ ਤੇ ਆਪਾਂ ਸਾਰਿਆਂ ਨੂੰ ਵੱਧ ਤੁਹਾਨੂੰ ਕਹਿਣਾ ਫੋਕਸ ਰੱਖੋ ਵੀਰੇ ਆਪਦੀ ਪੰਜਾਬ ਦੀ ਬਰੀਡ ਹੈ ਤੁਹਾਨੂੰ ਮਾਣ ਮਹਿਸੂਸ ਹੋਊ ਤੁਹਾਡੇ ਘਰੇ ਵੀ ਹਾਂ ਯਾਰ ਆਹ ਵੀ ਦੇਖੋ ਜੀ ਮੱਝ ਬਹੁਤ ਚੰਗੀ ਮੱਝ ਹੈ ਸਰਪੰਚ ਸਾਹਿਬ ਇਹਦਾ ਦੁੱਧ ਕਿੰਨਾ ਜੀ ਇਹਦਾ 18 ਕਿਲੋ ਜੀ ਕਹਿਮਾ ਸੂਆ ਸੂਈ ਹੈ ਇਹ ਦੂਜਾ ਸੂਈ ਹੈ ਖੀਰੀ ਸੂਕੀ ਸੀ ਹੁਣ ਤੀਜਾ ਸੋਣਾ 2 ਮਹੀਨੇ ਰਹਿ ਗਏ ਜੀ ਠੀਕ ਹੈ ਜੀ ਕੀ ਸੀਗਾ ਮਗਰਲੇ ਸਾਲੇ ਦਾ ਹਾਂਜੀ ਮਗਰ ਕੀ ਦਿੱਤਾ ਸੀ ਸਰ ਇਹ ਕੱਟੀ ਸੀ ਉਹ ਰਾਸਤਾਂ ਤੁਸੀਂ ਬੰਦੇ ਉਹ ਲੈ ਗਏ ਉਹ ਲੈ ਗਏ ਜੀ ਠੀਕ ਹੈ ਜੀ ਹੁਣ ਤੀਜਾ ਸੂਆ ਸੋਣਾ ਨੇ ਹੁਣ ਤੀਜਾ ਸੂਆ ਸੋਣਾ ਜੀ ਇਹ ਵੀ ਉਸੇ ਮੱਝ ਦੀ ਹੈ ਜੀ ਨੇ ਬਾਈ ਆਪਣੇ ਬੁੰਝ ਵਾਲੇ ਪਿੰਦੀ ਕੋਲੇ ਪਿੰਦੇ ਨੂੰ ਭੇਜਤੀ ਪਿੰਦੇ ਨੂੰ ਹਾਂਜੀ ਹਾਂ ਓਕੇ ਨਹੀਂ ਬਹੁਤ ਸੋਹਣੀ ਹੈ ਜੀ ਸਰਪੰਚ ਆਹ ਵੀ ਉਸੇ ਦੀ ਹੈ ਜੀ ਦੱਸ ਸਰਪੰਚ ਸਾਹਿਬ ਹੁਣ ਵਧੀਆ ਚੰਗਾ ਦੁੱਧ ਕੱਢੂ ਤੀਜੀ ਸੂਈ ਹਨਾ ਹਾਂ ਵਧੀਆ ਕੱਢੂਗੇ ਕਿ ਹੁਣ ਤਾਂ ਜੀ ਹਾਂਜੀ ਹਾਂਜੀ ਤੇ ਉਦੋਂ ਬਾਅਦ ਇਹ ਝੋਟੀ ਜੀ ਇਹ ਝੋਟੀ ਨੇ ਜੀ ਪੀਡੀਐਫ ਵੀ ਫਸ ਚੁੱਕਿਆ ਜੀ ਹਾਂਜੀ ਤੇ ਆਪਣਾ ਵੀ ਉੱਥੇ ਹਾਂਜੀ ਲੋਲੇ ਵਾਲਾ ਵੀ ਤੇ ਬਟਾਲਾ ਵੀ ਓਕੇ ਜੀ ਇਹ ਵੀ ਹੁਣ ਵੀ ਹਜੇ ਮਤਲਬ ਦੂਜਾ ਵੀ ਅੱਛਾ ਇਹਨੇ ਮੇਲੇ ਜਿੱਤੇ ਹਾਂਜੀ ਇਹਨੇ 17 ਕਿਲੋ ਦਾ ਦਿੱਤਾ ਜੀ ਹਾਂਜੀ ਦੇਖੋ ਜੀ ਇਹ ਬਰੀਡ ਜਿੱਤੂਗੀ ਕਿਉਂਕਿ ਉਰਲੇ ਪਾਸੇ ਨੂੰ ਪੈਰ ਕਾਲਾ ਲੱਗਦਾ ਹੋਵੇ ਤੇ ਪਰਲੇ ਪਾਸੇ ਦੇ ਸਾਰੇ ਜਵਾਬ ਆ ਪਰਲਾ ਪੈਰ ਵੀ ਚਿੱਟਾ ਜੇ ਪੈਰ ਮੂਹਰਲਾ ਚਿੱਟਾ ਹੈ ਨਹੀਂ ਤੁਹਾਡੀ ਮੱਝ ਬਰੀਡ ਨਾ ਜਿੱਤੂ ਇਹ ਵੀ ਧਿਆਨ ਰੱਖਿਆ ਕਰੋ ਵੀ ਜੇ ਚੰਗੀ ਬਰੀਡ ਤੇ ਵੀ ਕੰਮ ਕਰਨਾ ਤਾਂ ਜੇ ਇਹਦਾ ਇਕੱਲੇ ਦੁੱਧ ਤੇ ਵੀ ਕੰਮ ਕਰਨਾ ਦੁੱਧ ਤੇ ਜੇ 2 ਪੈਰ ਮੂਹਰਲੇ ਨਾ ਆਏ ਉਹ ਦੁੱਧ ਚਵਾਈ ਦੇ ਵਿੱਚ ਲੱਗੂਗੀ ਮੱਝ ਜਿਵੇਂ ਮੇਲਿਆਂ ਤੇ ਲੱਗਦੀ ਆ ਹੁਣ ਤੱਕ ਤਾਂ ਜਿਹੜੀ ਮੱਝ ਦੇ ਪੈਰ ਮੂਹਰਲੇ ਨਾ ਆਏ ਤਾਂ ਫਿਰ ਉਹ ਬਰੀਡ 'ਚੋਂ ਬਾਹਰ ਹੋ ਜਾਂਦੀ ਹੈ ਜੀ ਇਕੱਲੀ ਅਤੇ ਉਹ ਇਕੱਲੀ ਚਵਾਈ ਤੇ ਹੋ ਜਾਂਦੀ ਹੈ ਅਤੇ ਉਦੋਂ ਬਾਅਦ ਸਰਪੰਚ ਸਾਹਿਬ ਇਹਦਾ ਦੁੱਧ ਕਿੰਨਾ ਦੱਸਿਆ ਜੀ ਇਹਦਾ 17 ਕਿਲੋ ਜੀ ਦੂਜੇ ਸੂਏ ਹੁਣ ਤੀਜੇ ਹੀ ਇੱਕ ਬਣੇ ਹਾਂ ਛੋਟੀ ਸੂਕੀ ਜੀ ਗਿਰੀ ਹੈ ਓਕੇ ਜੀ ਤੇ ਸਰਪੰਚ ਸਾਹਿਬ ਇਹ ਆਪਣੀ ਇਹ ਆਪਣੇ ਘਰ ਦੇ ਮਲਤਾਨ ਦੀ ਉਸੇ ਸਾਂਝ ਦੀ ਬੋਲਦੀ ਉਸੇ ਸਾਂਝ ਦੀ ਝੋਟੀ ਹੈ ਹਾਂ ਇਹਨੇ 15 ਕਿਲੋ ਇਹਨੇ ਪੀਡੀਐਫ ਤੇ ਦੂਜਾ ਨੰਬਰ ਚੱਕਿਆ ਸੀ ਜੀ ਬਰੀਡ 'ਚ ਹਾਂ ਬਰੀਡ 'ਚ ਤੇ ਹੁਣ ਪਹਿਲਾ ਸੂਆ ਸੂਕੇ 15 ਕਿਲੋ ਦਾ ਦਿੱਤਾ ਪਹਿਲਾ ਸੂਏ 15 ਕਿਲੋ ਦਿੱਤਾ ਓਕੇ ਜੀ ਆਪਣੇ ਬੋਲਦੀ ਆ ਸਰਪੰਚ ਸਾਹਿਬ ਮਾੜਾ ਜਿਹਾ ਤੁਹਾਨੂੰ ਦੇਖੋ ਆਪਾਂ ਦਿਖਾ ਦਈਏ ਮਾੜੇ ਦੇਖੋ ਜੀ ਕਦ ਕੁਦ ਕਿਆ ਬਾਤ ਹੈ ਜੀ ਅਜੇ ਜੀ ਉਦੋਂ ਬਾਅਦ ਜਰਸੀ ਫੀਮੇਲ ਖੜੀ ਹੈ ਜੀ ਇੱਕ ਇਹ ਕਿੰਨੇ ਟਾਈਮ ਦੀ ਹੋ ਗਈ ਹੈ ਇਹ ਹੋ ਗਈ 14 ਕੁ ਮਹੀਨਿਆਂ ਦੀ 2 ਮਹੀਨਿਆਂ ਦੀ ਗੱਭ ਹੋ ਗਈ ਜੀ ਓਕੇ ਜੀ ਪੀਡੀਐਫ ਜੈਟ ਦੀ ਇਹਦੀ ਮਾਂ ਸੀ ਜਿਹੜੀ ਦੂਜੇ ਨੰਬਰ ਤੇ ਆਈ ਉੱਥੇ ਪੀਡੀਐਫ ਤੇ ਅੱਛਾ ਇਹ ਤੁਸੀਂ ਖਰੀਦ ਕੇ ਲਿਆਏ ਇਹ ਆਪਣੇ ਰਾਜਾ ਜਗਤਾਰ ਤੋਂ ਲਈ ਸੀ ਜੀ ਕਿੰਨੇ ਦੀ ਲਈ ਸੀ ਇਸ ਰੁਪਏ ਸਾਹਿਬ ਹਾਂ ਜੀ ਕਿੰਨੇ ਦੀ ਲੈ ਜਾਂਦੀ ਸੀ ਆਪਾਂ ਇਹ ਉਦੋਂ ਖਰੀਦੀ ਸੀ 1,35,000 35 ਜੀ ਬੱਸੀ ਆਪਾਂ ਨਹੀਂ ਨਹੀਂ ਗਾਂ ਗਾਂ ਖਰੀਦੀ ਸੀ ਅਸਾਂ ਉਹਦੇ ਮਗਰ ਆਈ ਸੀ ਉਹਦੇ ਮਗਰ ਆਈ ਸੀ ਓਕੇ ਜੀ ਮਾਂ ਚੈਂਪੀਅਨ ਸੀ ਮਾਂ ਵੀ ਬਹੁਤ ਸੋਹਣੀ ਖੜੀ ਹੈ ਹਾਂ ਜੀ ਤਾਂ ਉਦੋਂ ਬਾਅਦ ਇਹ ਚ ਇਹ ਮੱਝ ਆ ਗਈ ਜੀ ਇਹ ਕਿਵੇਂ ਸੂਏ ਇਹ ਵੀ ਦੂਜੇ ਸੂਏ ਜੀ ਇਹ ਕਿਹੜੇ ਦੀ ਆਪਾਂ ਤੀਜੇ ਸੂਣਾ ਇਹ ਲਈ ਸੀ ਆਪਾਂ ਮੁਕਸਰ ਰਾਜੂ ਪ੍ਰਧਾਨ ਨੂੰ ਸ਼ਾਇਦ ਤੁਸੀਂ ਜਾਣਦੇ ਹੋ ਹਾਂਜੀ ਜਾਣਦਾ ਜੀ ਹਾਂ ਉਹ ਤੋਂ ਪਹਿਲੇ ਸੂਏ ਲਈ ਸੀ 18 ਕਿਲੋ ਦੁੱਧ ਚੋ ਕੇ ਲੈਂਦੀ ਸੀ ਉੱਥੋਂ ਜੀ ਓਕੇ ਜੀ ਤੇ ਦੂਜੇ ਸਾਲ ਕਿੰਨਾ ਦਿੱਤਾ ਦੂਜੇ ਸਾਲ ਸਾਡੇ ਕੋਲ ਤਾਂ 20 ਦਿੱਤਾ ਜੀ ਦੂਜੇ ਸਾਲ ਹਾਂਜੀ ਹੁਣ ਇਹਦੇ ਚ ਰਹਿ ਗਏ 3 ਮਹੀਨੇ ਦੇ 10 ਕਿਲੋ ਦੁੱਧ ਤਿਆਰ ਹੈ ਜੀ 10 ਕਿਲੋ ਦੁੱਧ ਤਿਆਰ ਦੁੱਧ ਦਿੰਦੀ ਆ ਤੇ 3 ਮਹੀਨੇ ਰਹਿ ਗਏ ਤੀਜਾ ਸੂਆ ਕਾਹ ਨੂੰ ਸੂ ਹਾਂ ਤੀਜਾ ਗੱਲ ਇਹ ਸੂਆ ਮੀਦਾ 25 ਲੀਟਰ ਦੀ ਹਾਂਜੀ ਮੀਦਾ ਜੀ ਬਿਲਕੁਲ ਜੀ ਬਾਕੀ ਮੱਝ ਦੱਸਦੀ ਹੈ ਬੈਠ ਹੱਕੋ ਜੀ ਮੜੀ ਜੀ ਬੈਠ ਹੱਕ ਦੋ ਕੱਲੀ ਤੇ ਬਸ ਜੀ ਬਸ ਬਹੁਤ ਸੋਹਣੀ ਹੈ ਜੀ ਇਹ ਵੀ
अच्छा मज बेचती सी किन्ने दुद्ध वाली थी जी ਉਹ ਵੀ ਸੀ 1617 ਸੀ 1617 ਵਾਲੀ ਠੀਕ ਹੈ ਜੀ ਉਹਦੀ ਬੱਤੀ ਤੇ ਇਹ ਵੱਡੀ ਮੱਝ ਆ ਗਈ ਜੀ ਹਾਂਜੀ ਇਹਦੀ ਵੀ ਨਾਇਰ ਚਵਾਈ ਹੋਈ ਆ ਆਪਣੇ ਸਤ ਚੈਨਲ ਦੇ ਜੀ ਅੱਛਾ ਜੀ ਸਤਕ ਡੈਰੀ ਫਾਰਮ ਤੇ ਹਾਂਜੀ ਸਰ ਇਹਨੇ 20 ਕਿਲੋ ਚਵਾਈ ਕੀਤੀ ਸੀ ਜਿਸ ਥੋੜੇ ਦਿਨਾਂ ਦੀ ਸੂਈ ਸੀ ਹਾਂਜੀ ਉਹ 22 ਕਿਲੋ ਦੇ ਆਈ ਕੇ ਦਿੱਤਾ ਜੀ अच्छा 22 किलो तो दिता 20 किलो की चवाई होगी सी बहुत बड़ी गल है जी ताई आपा कहने भी चवाइया करवा के रखा करो जे चवाइया सोडे कोले रिकॉर्ड रहे आंदा भी भाई मैं लैब करवाई है अच्छा है भाई ओके ये भी जने की 7 महीने की गबन होगी दूध दे ਥੱਲੇ ਵਾਧਾ ਹੁਣ 12 13 ਕਿਲੋ ਨਹੀਂ ਦੋਤਾ ਮੈਂ ਦੇਖ ਹੀ ਲੈਤਾ ਸੀਗਾ ਆ ਕੇ ਜੀ ਸਵੇਰ ਅਸੀਂ ਸਾਰਿਆਂ ਨੇ ਦੇਖ ਲਿਆ ਜੀ ਨਹੀਂ ਜੀ ਸਰਪੰਚ ਸਾਹਿਬ ਇਹ ਵੀ ਬਹੁਤ ਵੱਡੀ ਗੱਲ ਹੈ ਜੀ ਹੁਣ ਜਿਵੇਂ ਮੈਂ ਅੱਗੇ ਵੀ ਆ ਕੇ ਕਹਿਤਾ ਜਿਵੇਂ ਆਪਾਂ ਵੀ ਉੱਥੇ ਟਰਾਈ ਕਰੀ ਜਾਂਦੇ ਜੇ 3 ਮਹੀਨੇ ਪਹਿਲਾਂ ਟਰਾਈ ਕਰਦੇ ਆ ਕੋਈ 2.5 ਰਹਿੰਦਾ ਕਿ ਜੇ 2 ਰਹਿੰਦਾ ਕਈ 1.5 ਮਹੀਨੇ ਰਹਿੰਦਾ ਵੀ ਜਿਵੇਂ ਹੁਣ ਆਪਾਂ ਗੱਲ ਕਰਦੇ ਆ ਵਿੱਚ ਬੰਦੇ ਕਹਿੰਦੇ ਯਾਰ ਨਹੀਂ ਤੁਸੀਂ ਪਤਾ ਨਹੀਂ ਐਵੇਂ ਕਹੀ ਦਿੰਦੇ ਵਜਦਾ ਨਹੀਂ ਆਪਾਂ ਉਹਨਾਂ ਗੱਲਾਂ ਨਾਲ ਵੀ ਸਹਿਮਤ ਆ ਵੀ ਉਹਨਾਂ ਕੋਲੇ 7 ਤੋਂ 10 ਲੀਟਰ ਵਾਲੀਆਂ ਆਮ ਨਾਰਮਲ ਘਰਾਂ ਚ ਹੈਗੀਆਂ ਮੱਝਾਂ ਉਹਦੇ ਚ ਨਹੀਂ ਵਜਦਾ ਪਰ ਮੱਝ ਜਿਹੜੀ ਆਪਾਂ ਜਦੋਂ ਬਰੀਡ ਤੇ ਕੰਮ ਕਰੋਗੇ ਉਹ ਕਹਿੰਦੇ ਆ ਵੀ 3 ਮਹੀਨੇ ਮੱਝ ਦੁੱਧ ਦੇ ਕੇ ਭਜਦੀ ਆ ਤੇ ਜੇ ਆਪਾਂ ਬਰੀਡ ਤੇ ਕੰਮ ਕਰਾਂਗੇ ਮੈਂ ਯਕੀਨ ਨਾਲ ਕਹਿਣਾ ਵੀ ਆਪਾਂ ਨੂੰ 3 ਮਹੀਨੇ ਤੋਂ 2.5 ਮਹੀਨੇ ਛੱਡਣੀ ਪਊ ਤੱਕੇ ਨਾ 8-10 ਕਿਲੋ ਤੋਂ ਨਹੀਂ ਇਹ ਸਹੀ ਹੈ ਗੱਲ ਬਾਈ ਜੀ ਜੇ ਆਪਾਂ ਕਹਾਂਗੇ 10 ਕਿਲੋ ਵੱਧ ਦੁੱਧ ਦਿੰਦੀ ਹੈ ਤਾਂ ਵਾਕਈ ਨਹੀਂ ਉਹਦੇ ਚ ਵੱਜਦਾ ਜੀ ਹਾਂਜੀ ਜੇ ਆਪਾਂ 15 ਕਿਲੋ ਚੰਗੀ ਬਰੀਡ ਵਾਲੀ ਮੱਝ ਘਰੇ ਰੱਖਾਂਗੇ ਤੇ ਫਿਰ ਜੂਰੇ ਬਾਈ ਬਾਕੀ ਜਿਹੜਾ ਉਹਦਾ ਬੱਚਾ ਫਿਰ ਉਹਦਾ ਵੀ ਆਪਾਂ ਨੂੰ ਉਹਦਾ ਵੀ ਮੁੱਲ ਮੈਨੂੰ ਬਰੀਡ ਕਰਾਂਗੇ ਹਾਂਜੀ ਫਿਰ ਹੀ ਬਰੀਡਰ ਬੰਦਾ ਕਹੂਗਾ ਬਿਲਕੁਲ ਫਿਰ ਮਿਹਨਤ ਦਾ ਫਲ ਮਿਲਣਾ ਫਿਰ ਆਪਾਂ ਹੁਣ ਵੀ ਕਹਿੰਦੇ ਜੀ ਜਿਹੜੀ ਬਾਹਰ ਦੀ ਕੈਨੇਡਾ ਦੀ ਹੁਣ 15-15 20-20 ਲੱਖ ਰੁਪਇਆ ਲੈ ਕੇ ਬੱਚੇ ਸਾਰਾ ਪੰਜਾਬ ਵਿਹਲਾ ਹੋਈ ਜਾਂਦਾ ਜੀ ਜੇ ਮਤਲਬ ਵੀ ਇਸ ਕਰਕੇ ਇਸ ਤੋਂ ਦੇਣਾ ਜਾਂ ਕੋਈ ਸਰਕਾਰਾਂ ਵੀ ਇਹਦੇ ਮੈਂ ਇੱਧਰ ਧਿਆਨ ਦੇਣ ਤੇ ਬਚਾਅ ਹੋ ਸਕਦਾ ਮੱਝ ਕੰਨੀ ਧਿਆਨ ਦੇਣ ਕਿਉਂਕਿ ਗਾਵਾਂ ਦਾ ਫਾਰਮ ਦਾ ਬੜਾ ਵੱਡਾ ਪੋਣਾ ਪੈਂਦਾ ਕਰੋੜਾਂ ਰੁਪਏ ਦਾ ਫੇਰ ਕਾਮਯਾਬ ਹੈ ਬੱਚਾ ਦਾ ਜੋ ਆਪਣਾ ਪੁਰਾਣਾ ਕੀਤਾ ਜ਼ਮੀਨਦਾਰਾਂ ਕਿਸਾਨੀ ਨਾਲ ਵੀ ਪਸ਼ੂਆਂ ਤੋਂ ਚੱਲ ਰਹੀ ਹੈ ਉਹਦੇ ਨਾਲ ਜੋੜ ਦੋ ਦੁਬਾਰੇ ਜੋੜਨਾ ਦੁਬਾਰਾ ਜੀ ਬਿਲਕੁਲ ਜੀ ਬਾਕੀ ਆਪਦਾ ਪਰਿਵਾਰ ਜੀ ਦਾ ਇੱਥੇ ਇਕੱਠਾ ਰਹਿੰਦਾ अपनी संस्था आने वाले समय अगले साल तक भी हर जिले 5-10 फार्म है जिहड़े असीं 15 तों 20 मैसां दे फार्म बना देने भी जिहड़े भरा साडे अंडर दे विच चलदे आ हर जिले दे विच ਤਾਂ ਸਰਪੰਚ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਜੀ ਹਾਂਜੀ ਬਾਈ ਜੀ ਇਹ ਵੀ ਸੰਸਥਾ ਜਿਹੜੀ ਆਪਾਂ ਸ਼ੁਰੂ ਕੀਤੀ ਹੈ ਤੁਹਾਡਾ ਧੰਨਵਾਦ ਜਿਹੜੇ ਆਪਾਂ ਨੌਜਵਾਨੀ ਨੂੰ ਇਸ ਪਾਸੇ ਹੌਲੀ ਹੌਲੀ ਨਾਲ ਜੋੜ ਕੇ ਹਾਂਜੀ ਰਲ ਮਿਲ ਕੇ ਸਾਰੇ ਹਾਂਜੀ ਬਿਲਕੁਲ ਜੀ ਜਿਹੜੀ ਆ ਮੀਟਿੰਗ ਆ ਇਹ ਆਪਾਂ ਸੋਮਵਾਰ ਦੀ ਰੱਖੀਏ ਵੱਧ ਤੋਂ ਵੱਧ ਲੋਕਾਂ ਨੂੰ ਜਿੰਨਾ ਕੁ ਦੇ ਸਕੇ ਸੁਝਾ ਦੇਵਾਂਗੇ ਵੀ ਇਸ ਤਰ੍ਹਾਂ ਕਰਕੇ ਬਿਲਕੁਲ ਜੀ ਵੀ ਇਹ ਕਿਤੇ ਨਾ ਜੁੜੋ ਵੀ ਚੰਗੀ ਬੰਦਾ ਸੁੱਖ ਦੀ ਰੋਟੀ ਖਾ ਲੈਂਦਾ ਜੀ ਨਾ ਤਾਂ ਤੁਸੀਂ ਇੱਕ ਸਾਲ 2 ਸਾਲ ਤੁਸੀਂ ਟਰਾਈ ਜ਼ਰੂਰ ਕਰਕੇ ਦੇਖੋ ਵੀ ਵੱਜਦਾ ਹੈ ਕਿ ਨਹੀਂ ਸਹੀ ਲੈ ਕੇ ਲੈਣ ਬਣਾ ਹਾਂਜੀ ਸਹੀ ਰਹਿ ਲੈ ਕੇ ਆਓ ਤੇ ਇੱਕ ਬਿਜ਼ਨਸ ਤੇ ਤੌਰ ਤੇ ਆਓ ਐ ਨਾ ਹੋ ਵੀ ਜਿਵੇਂ ਆਪਾਂ ਕਹਿੰਦੇ ਸਹਾਇਕ ਧੰਦਾ ਸਹਾਇਕ ਸੁਖ ਧੰਦਾ ਨਹੀਂ ਵੀਰੇ ਇਹ ਖੇਤੀ ਸਹਾਇਕ ਧੰਦਾ ਬਣ ਸਕਦੀ ਹੈ ਇਹਦੇ ਨਾਲ ਸਰਪੰਚ ਸਾਹਿਬ ਜਿਹੜੇ ਬੰਦੇ ਨੇ 10-15 ਰੱਖ ਲਈਆਂ ਮੈਸਾਂ ਦੇ 10 ਕਿੱਲੇ ਪੈਲੀ ਦੇ ਹੋਣਗੇ ਉਹ ਬੰਦਾ ਮੁੜ ਕੇ ਐ ਕਹਿਣ ਲੱਗੂਗਾ ਵੀ ਭਾਈ ਮੈਂ ਤਾਂ ਖੇਤੀ ਸਹਾਇਕ ਧੰਦੇ ਕਨੂੰ ਕਰ ਲਈ ਦੀ ਨਾਲ ਬਾਕੀ ਬਾਈ ਜੀ ਇੱਕ ਗੱਲ ਅੱਧੇ ਰੋਗਾਂ ਤੋਂ ਬੰਦਾ ਬਚਦਾ ਜਦੋਂ ਇਸ ਧੰਦੇ ਨਾਲ ਜੁੜਿਆ ਜਦੋਂ ਸ਼ਾਮ ਨੂੰ ਸਵੇਰ ਇਹਨਾਂ ਦੇ ਵਿੱਚ ਤੁਰੀ ਜਾ ਕੇ ਮਾਣ ਖੁਸ਼ ਹੁੰਦਾ ਕਿ ਨਹੀਂ ਨਾਲੇ ਆਪਣੀ ਕਮਾਈ ਨਾਲੇ ਦਿਲ ਲੱਗਦਾ ਜੀ ਬਿਲਕੁਲ ਜੀ ਕਹਿੰਦੇ ਆ ਬੰਦਾ ਕਹਿੰਦੇ ਜੇ ਇੱਕ ਐਨੀਮਲ ਦੇ ਕੰਨੀ ਜੇ ਬੰਦਾ ਘਰੇ ਵੀ ਕਹਿੰਦੇ ਘਾ ਭਰਦਾ ਲੜਦਾ ਮੰਨ ਲਓ 10 ਮਿੰਟ ਉਹਨੇ ਜਦੋਂ ਪਾਸਾ ਨਹੀਂ ਆਪਾਂ ਕਹਿੰਦੇ ਵੱਟ ਲਓ ਪਾਸੇ ਬਾਹਰ ਜਾਓ ਉਹਨੂੰ ਬਾਹਰ ਦੇ ਬਜਾਏ ਪਸ਼ੂ ਦੀ ਖੋਲ ਨਹੀਂ ਤੇ ਆ ਕੇ ਬਹਿ ਜਾਓ ਕਿਸੇ ਪਸ਼ੂ ਦੇ ਸਿਰ ਤੇ ਹੱਥ ਮਾਰ ਕੇ ਦੇਖਿਓ ਤੇ ਮੈਂ ਦਾਵੇ ਨਾਲ ਕਹਿ ਸਕਦਾ ਵੀ ਬੰਦੇ ਦਾ 2 ਮਿੰਟਾਂ 'ਚ ਗੁੱਸਾ ਖਤਮ ਹੋ ਜਾਊ ਸਾਰਾ ਸਹੀ ਗੱਲ ਬਾਈ ਜਿਵੇਂ ਹੁਣ ਸਾਡੇ ਬੱਚੇ ਬਾਹਰ ਆ ਜੀ ਹਾਂਜੀ ਇਸੇ ਕਰਕੇ ਜਦੋਂ ਕਿਤੇ ਮਾਦਾ ਉਦੋਂ ਫਿਰ ਇਹਨਾਂ ਦੇ ਵਿੱਚ ਆ ਜਾਈਦਾ ਇਹਨਾਂ ਦੇ ਵਿੱਚ ਆ ਜਾਈਦਾ ਹਾਂਜੀ ਤੇ ਸਰਪੰਚ ਸਾਹਿਬ ਦਾ ਵੀ ਬਹੁਤ ਜ਼ੋਰ ਲੱਗਿਆ ਪਿਆ ਵੀ ਚਲਾਓ ਕਿ ਹੁਣ ਬਹੁਤ ਸੋਹਣਾ ਫਾਰਮ ਹੈ ਵੀ ਆ ਕੇ ਬੱਚੇ ਇਸ ਕਿੱਤੇ 'ਚ ਆਉਣ ਤਾਂ ਆਪਦੇ ਮਾਪਿਓ ਕੋਲੇ ਵੀ ਰਹਿਣ ਤੇ ਇਸ ਕਿੱਤੇ 'ਚ ਆਉਣ ਇੱਕ ਨੂੰ ਇੱਥੇ ਬੁਲਾਈਏ ਦੁਬਾਰਾ ਨਹੀਂ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਗਾਂ ਵੀ ਦੇਖ ਕੇ ਕੁਛ ਅੱਗੇ ਵਧਣਗੇ ਜੀ ਧੰਨਵਾਦ ਵੀਡੀਓ ਵਧੀਆ ਚੰਗੀ ਲੱਗਦੀ ਹੈ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਯੂਟਿਊਬ ਚੈਨਲ ਵੀ ਆਪਣਾ ਇਸੇ ਨਾਮ ਦੇ ਉੱਤੇ ਪਿੰਦੀ ਸਿੱਧੂ ਫਾਰਮ ਉਹ ਵੀ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਕਿਵੇਂ ਲੱਗਿਆ ਫਾਰਮਰ ਸਾਰੇ ਐਨੀਮਲ ਤੁਹਾਨੂੰ ਕਿੱਦਾਂ ਲੱਗੇ ਟੌਪ ਟੌਪ ਦੀਆਂ ਤੁਹਾਨੂੰ ਦੇਖੋ ਮੱਝਾਂ ਦਿਖਾਈਆਂ ਠੀਕ ਹੈ ਜੀ।